ਭਿਆਨਕ ਸੜਕੀ ਹਾਦਸੇ ਦੇ ਵਿੱਚ ਨਵੇਂ ਵਿਆਹੇ ਜੋੜੇ ਦੀ ਜਾਨ ਚਲੀ ਗਈ। ਦੱਸਦੇ ਕਿ ਹਾਲੇ ਬਾਹਾਂ ਦੇ ਵਿੱਚੋਂ ਚੂੜਾ ਵੀ ਨਹੀਂ ਉਤਰਿਆ ਸੀ ਤਾਂ ਅੱਜ ਲਾੜੀ ਅਤੇ ਲਾੜੇ ਦੀ ਦਰਦਨਾਕ ਮੌਤ ਹੋ ਗਈ। ਤਰਨ ਤਾਰਨ ਦੇ ਅਧੀਨ ਪੈਂਦੇ ਸਿੰਘਪੁਰਾ ਦੀ BSF ਛਾਉਣੀ ਦੇ ਨੇੜੇ ਇਹ ਭਿਆਨਕ ਸੜਕੀ ਹਾਦਸਾ ਹੋਇਆ। ਹਾਲਾਂਕਿ ਇਸ ਦੇ ਵਿੱਚ ਇੱਕ ਸਿੰਘਪੁਰ ਦਾ ਰਹਿਣ ਵਾਲਾ ਵਿਅਕਤੀ ਵੀ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਹਿਚਾਣ ਅਰਸ਼ਪ੍ਰੀਤ ਸਿੰਘ ਅਤੇ ਕਾਜਲ ਵਜੋਂ ਹੋਈ, ਜੋ ਥਾਣਾ ਝਬਾਲ ਅਧੀਨ ਪੈਂਦੇ ਪਿੰਡ ਪੱਧਰੀ ਕਲਾਂ ਦੇ ਰਹਿਣ ਵਾਲੇ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅਰਸ਼ਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਅਰਸ਼ਦੀਪ ਅਤੇ ਕਾਜਲ ਦੇ ਵਿਆਹ ਨੂੰ 4 ਮਹੀਨੇ ਹੋਏ ਸੀ ਤੇ ਅੱਜ ਭਿੱਖੀਵਿੰਡ ਵਿਖੇ ਦਵਾਈ ਲੈਣ ਆਏ ਸੀ। ਜਦੋਂ ਵਾਪਸ ਜਾ ਰਹੇ ਸੀ BSF ਦੀ ਛਾਉਣੀ ਦੇ ਨੇੜੇ ਇਹ ਭਿਆਨਕ ਸੜਕੀ ਹਾਦਸਾ ਹੋਇਆ। ਦੱਸਦੇ ਕਿ ਇਹ ਪਤੀ ਪਤਨੀ ਬਾਈਕ ਤੇ ਸਵਾਰ ਸੀ ਤਾਂ ਕਾਰ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ। ਮੌਕੇ ਤੇ ਹੀ ਨਵੇਂ ਵਿਆਹੇ ਜੋੜੇ ਦੀ ਜਾਨ ਨਿਕਲ ਗਈ। ਮੇਰਾ ਬੇਟਾ ਸੀ ਜੀ। ਕੀ ਨਾਂ ਸੀਗਾ? ਉਹਦਾ ਨਾਂ ਅਰਸ਼ਦੀਪ ਜੀ। ਜਿਹੜਾ ਦੂਜਾ ਦੀ ਡੈਥ ਹੋਈ ਉਹ ਕੌਣ ਸੀਗਾ? ਨੌ ਹੈ ਜੀ। ਕੀ ਨਾਂ ਹੈ ਉਹਨਾਂ ਦਾ? ਕਾਜਲ ਜੀ। ਅੱਛਾ, ਕਿੱਥੋਂ ਕਿੱਥੇ ਜਾ ਰਹੇ ਸੀਗੇ? ਇਹ ਜੀ ਪਿੰਡੋਂ ਹੀ ਆਇਆ ਜੀ, ਪਲਾਉਂਦੇ ਸੀ ਜੀ ਹਾਲੇ ਜੀ। ਕਿਹੜਾ ਪਿੰਡ ਤੁਹਾਡਾ? ਪੱਧਰੀ ਕਲਾਂ ਜੀ। ਅੱਛਾ, ਤੇ ਪੱਧਰੀ ਕਲਾਂ ਤੋਂ ਕਿੱਥੇ ਜਾ ਰਹੇ ਸੀਗੇ? ਇਹ ਭਿੱਖੀਵਿੰਡ ਦਵਾ ਲੈਣ ਹੀ ਆਏ ਸੀ ਤੇ ਪਤਾ ਨਹੀਂ ਜਾਣ ਡੇ ਸੀ ਪਿੰਡ ਨੂੰ ਕਿ ਆਉਣ ਡੇ ਹੋਏ, ਇੰਨਾ ਨਹੀਂ ਜੀ ਪਤਾ ਜੀ। ਕੱਚ ਵੱਜੇ ਆਉਂਦੇ ਮੋਟਰਸਾਈਕਲ 'ਚ ਵੱਜੇ ਜੀ, ਮੈਂ ਤਾਂ ਵੇਖਿਆ ਨਹੀਂ ਹੋਣਾ ਇਹਨੂੰ, ਤੇ ਇੱਕ ਮੰਦੀ ਹਾਲਤ ਸੀ ਤੇ ਚੱਲ। ਦੋਵਾਂ ਦੀ ਡੈਥ ਹੋ ਗਈ? ਹਾਂਜੀ, ਦੋਵਾਂ ਦੀ। ਬੱਚੇ ਕਿੰਨੇ ਇਹਨਾਂ ਦੇ ਜੀ? ਵਿਆਹ ਹੀ ਹੋਇਆ ਜੀ। ਅੱਛਾ, ਵਿਆਹ ਹੀ ਹੋਇਆ। ਪੁਲਿਸ ਗਈ ਮੌਕੇ ਤੇ ਜਦੋਂ ਐਕਸੀਡੈਂਟ ਹੋਇਆ? ਹਾਂਜੀ, ਆਉਂਦੇ ਜਾਂਦੇ ਨੇ ਮੈਂ ਵੀ ਭਿੱਖੀ ਬਹਿੰਦੇ ਸੀ ਇੱਥੇ ਹੀ ਜੀ, ਕੋਲ ਪੁਲਿਸ ਵਾਲੇ ਜੀ। ਅੱਛਾ, ਹਾਂਜੀ। ਇਹਨਾਂ ਲਿਆਂਦਾ ਤੇ ਹਸਪਤਾਲ ਦਿਖਾਇਆ ਆਣਗੇ ਜੀ ਜਾਂ ਮੌਕੇ ਤੇ ਦਿੱਤਾ? ਨਹੀਂ, ਉੱਥੇ ਹੀ ਮੌਕੇ ਤੇ ਮੌਤ ਹੋ ਗਈ ਹੈ ਜੀ। ਪੱਧਰੀ ਦੇ ਰਹਿਣ ਵਾਲੇ ਜੀ। ਕਿੱਦਾਂ, ਕੀ ਗੱਲਬਾਤ ਹੋਈ ਆ? ਇਹਨਾਂ ਦਾ ਜੀ ਐਕਸੀਡੈਂਟ ਹੋਇਆ ਜੀ। ਕਿਹੜੀ ਜਗ੍ਹਾ? ਸਿੰਘਪੁਰ ਹੋਇਆ ਜੀ। ਅੱਛਾ ਜੀ, ਤੇ ਕੋਈ ਪਤਾ ਲੱਗਾ ਕਿੰਨੇ ਕੁ ਵਜੇ ਦੀ ਕਰੀਬ ਦੀ ਗੱਲ ਆ? ਇਹ ਜੀ ਇਸ ਗੱਲ ਨੂੰ ਅੱਧਾ ਘੰਟਾ ਪੌਣਾ ਘੰਟਾ ਹੋ ਗਿਆ ਜੀ। ਅੱਛਾ ਜੀ, ਤੇ ਡੈਥ ਜਿਹੜੀ ਇਹਨਾਂ ਦੀ ਮੌਕੇ ਤੇ ਹੋ ਗਈ ਆ? ਮੌਕੇ ਤੇ ਹੋ ਗਈ ਜੀ। ਮੀਆਂ ਬੀਬੀ ਦੀ ਪਹਿਚਾਣ ਕੀ ਹੋਈ ਆ? ਇਹ ਜੀ ਆਪਣੇ ਅਰਸ਼ਦੀਪ ਸਿੰਘ ਆ, ਇਹਦੇ ਨਾਂ ਤੇ ਇਹਦੇ ਨਾਂ ਹੈਗਾ ਜੀ ਕਾਜਲ। ਅੱਛਾ ਜੀ, ਤੇ ਇਹ ਐਕਸੀਡੈਂਟ ਜਿਹਦੇ ਨਾਲ ਹੋਇਆ ਉਹ ਸੈਕਿੰਡ ਪਰਸਨ? ਉਹ ਜਿਹੜਾ ਮੋਟਰਸਾਈਕਲ ਵਾਲੇ ਆ ਜੀ, ਉਹ ਉਹਨਾਂ ਦਾ ਵੀ ਜ਼ਿਆਦਾ ਮਾਰੀ ਹਾਲ ਗਿਆ, ਉਹ ਨਾਮਾ ਸੁਣਦਾ ਜਿਹੜਾ ਜੀ ਹੈਲਮੈਟ ਆ। ਠੀਕ ਹੈ ਜੀ। ਹੁਣ ਰਹਿਣ ਵਾਲਾ ਮੁੰਡਾ ਉਹ ਸਿੰਘਪੁਰ ਤੋਂ ਰਹਿਣ ਵਾਲੇ? ਹੁਣ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ? ਜਿੱਦਾਂ ਵੀ ਹੋਊਗਾ ਉਹਨਾਂ ਦੇ ਬਿਆਨ ਲਿਖਾਂਗੇ, ਬਿਆਨ ਲਿਖ ਕੇ ਜੋ ਵੀ ਬਣਦੀ ਕਾਰਵਾਈ ਕਰਾਂਗੇ।